ਮਾਂ ਬੋਲੀ ਪੰਜਾਬੀ, ਪੰਜਾਬੀ ਨੂੰ ਲੈ ਕੇ ਅੱਜ ਹਰ ਪੰਜਾਬੀ ਦੇ ਮਨ ਚ ਇੱਕ ਦਰਦ ਹੈ, ਕਿਉਂਕਿ ਅੱਜ ਮਾਂ ਬੋਲੀ ਪੰਜਾਬੀ ਕਿਤੇ ਨਾ ਕਿਤੇ ਅੱਜ ਦੀ ਪਨੀਰੀ ਦੇ ਵਿੱਚੋਂ ਲੁਪਤ ਹੁੰਦੀ ਜਾ ਰਹੀ ਹੈ। ਸਾਡੇ ਨਾਲ ਨੇ ਅੱਜ ਸਰਦਾਰਨੀ ਜਸਵਿੰਦਰ ਕੌਰ ਜੀ, ਅਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਜੀ ਆਇਆਂ ਆਖਦੇ ਹਾਂ। ਗੱਲ ਕਰਾਂਗੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਉਹਨਾਂ ਵੱਲੋਂ ਕਈ ਉੱਦਮ ਕੀਤੇ ਜਾ ਰਹੇ ਨੇ, ਅਸੀਂ ਉਹਨਾਂ ਨੂੰ ਵਧਾਈ ਵੀ ਦੇਵਾਂਗੇ ਔਰ ਆਪਣੇ ਪ੍ਰੋਗਰਾਮ ਵਿੱਚ ਜੀ ਆਇਆਂ ਆਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਗੁਰਮੋਹਨ ਸਿੰਘ ਜੀ ਰਾਜਾਸਾਂਸੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦਿਲ ਦੀਆਂ ਗੱਲਾਂ ਕਰਨਗੇ ਜਸਵਿੰਦਰ ਕੌਰ ਜੀ ਨਾਲ। ਸਰਦਾਰ ਗੁਰਮੋਹਨ ਸਿੰਘ ਜੀ ਰਾਜਾਸਾਂਸੀ, ਬਹੁਤ ਬਹੁਤ ਧੰਨਵਾਦ। ਕਰੀਏ ਦਿਲ ਦੀਆਂ ਗੱਲਾਂ ਦਾ ਮੇਜ਼ਬਾਨ ਕੁਲਮੋਹਨ ਸਿੰਘ ਰਾਜਾਸਾਂਸੀ, ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ ਅਤੇ ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਜੀ ਆਇਆਂ ਆਖਦਾ ਹਾਂ। ਰੋਜ਼ਾਨਾ ਆਪ ਦੇ ਕੋਲ ਅਸੀਂ ਇੱਕ ਮਹਿਮਾਨ ਨੂੰ ਲੈ ਕੇ ਆਉਂਦੇ, ਮਹਿਮਾਨ ਉਹ ਜਿਹੜੇ ਮਹਿਮਾਨ ਸਾਨੂੰ ਹੀਰੇ ਅਕਨ ਤਰਾਸ਼ ਕੇ ਲੱਭਣੇ ਪੈਂਦੇ ਨੇ ਕਿ ਇਹ ਜਿਹੜੇ ਹੀਰੇ ਨੇ ਇਹ ਕੌਮ ਦੇ ਕਿੱਥੇ ਨੇ, ਜਿਨ੍ਹਾਂ ਨੂੰ ਪਰਦੇ ਦੇ ਪਿੱਛੇ ਸੇਵਾ ਕਰਦਿਆਂ ਕੋਈ ਦੇਖਦਾ ਨਹੀਂ, ਲੇਕਿਨ ਜਿਨ੍ਹਾਂ ਦੀ ਸੇਵਾ ਦੀ ਅਗਰ ਗਿਣਤੀ ਕਰਨ ਦੀ ਅਸੀਂ ਜਾਈਏ ਤਾਂ ਸ਼ਾਇਦ ਸਾਨੂੰ ਕਈ ਪੰਨਿਆਂ ਦੀ ਕਿਤਾਬਾਂ ਛਪ ਜਾਣਗੀਆਂ। ਅੱਜ ਦੀ ਜਿਹੜੀ ਸ਼ਖਸੀਅਤ ਹੈ ਉਹ ਪੰਜਾਬੀ ਹੈਲਪਲਾਈਨ ਦੀ ਰੀੜ ਦੀ ਹੱਡੀ ਨੇ, ਔਰ ਰੀੜ ਦੀ ਹੱਡੀ ਜਿਹੜਾ ਮੇਰਾ ਕਹਿਣ ਦਾ ਭਾਵ ਇਤਨਾ ਹੈ ਕਿ ਇਨਸਾਨ ਜਦੋਂ ਜ਼ਿੰਦਗੀ ਚ ਖਲੋ ਸਕਦਾ ਹੈ ਤੇ ਉਹਦੇ ਖਲੋਣ ਦੇ ਪਿੱਛੇ ਇੱਕ ਰੀੜ ਦੀ ਹੱਡੀ ਜਿਹੜੀ ਹੈ ਉਸ ਨੂੰ ਸਭ ਤੋਂ ਇੰਪੋਰਟੈਂਟ ਜਿਹੜੀ ਬੋਨ ਹੈ ਲਾਈਫ ਦੀ ਉਹ ਹੁੰਦੀ ਹੈ। ਔਰ 30 ਸਾਲ ਦਾ ਪੰਜਾਬੀ ਅਧਿਆਪਕਾਂ ਦਾ ਇਹਨਾਂ ਦਾ ਸਫ਼ਰ ਹੈ, ਸੇਵਾ ਹੈ, ਔਰ ਇਹ ਸਾਨੂੰ ਅੱਜ ਪੰਜਾਬੀ ਹੈਲਪਲਾਈਨ ਕਿਵੇਂ ਹੋਣ ਦੀ ਜਾਂਦੀ ਹੈ, ਕਿਵੇਂ ਇਹਦੀ ਜ਼ਰੂਰਤ ਪੈਂਦੀ ਹੈ, ਔਰ ਕਿਵੇਂ ਕਿਵੇਂ ਇਹਨੇ ਵਿਦਿਆਰਥੀ ਤੇ ਟੀਚਰਾਂ ਨੂੰ ਮਦਦ ਕੀਤੀ ਹੈ, ਕਿਉਂਕਿ ਇਹ ਨਾ ਸੋਚੀਏ ਕਿ ਕੇਵਲ ਵਿਦਿਆਰਥੀਆਂ ਨੂੰ ਹੀ ਮਦਦ ਦੀ ਲੋੜ ਪੈਂਦੀ ਹੈ। ਸਮੇਂ ਦੇ ਨਾਲ ਨਾਲ ਆਪਣੇ ਆਪ ਨੂੰ ਅਪਡੇਟ ਕਰਨ ਵਾਸਤੇ ਭਾਸ਼ਾ ਦੇ ਪ੍ਰਫੁੱਲਤ ਹੋਣ ਵਿੱਚ ਵੀ ਅਪਡੇਸ਼ਨ ਦੀ ਲੋੜ ਪੈਂਦੀ ਹੈ, ਅਪਗ੍ਰੇਡੇਸ਼ਨ ਦੀ ਲੋੜ ਪੈਂਦੀ ਹੈ। ਉਸ ਨੂੰ ਕਰਨ ਵਾਸਤੇ ਪੰਜਾਬੀ ਹੈਲਪਲਾਈਨ ਇੱਕ ਐਸਾ ਬਹੁਤ ਵੱਡਾ ਸੂਤਰ ਸਾਬਤ ਹੋਇਆ ਜਿਸ ਸੂਤਰ ਨੇ ਕਈ ਲੋਕਾਂ ਦੇ ਦਿਲਾਂ ਦੇ ਵਿਚਕਾਰ ਪੰਜਾਬੀ ਭਾਸ਼ਾ ਲਈ ਇੱਕ ਪਿਆਰ ਤੇ ਸਤਿਕਾਰ ਕਾਇਮ ਕਰ ਦਿੱਤਾ ਹੈ। ਜਿਹੜਾ ਸਮੇਂ ਦੇ ਲਿਹਾਜ਼ ਨਾਲ ਗੁਆਚਦੀਆਂ ਪਈਆਂ ਪਰੰਪਰਾਵਾਂ ਸਨ, ਸਿੱਖਣ ਦੀ ਜਿਹੜੇ ਚਾਹ ਸਨ, ਉਸ ਚਾਹ ਨੂੰ ਦੁਬਾਰਾ ਜਿਉਂਦਾ ਕੀਤਾ ਹੈ। ਤੋ ਮੇਰੀ ਮੁਰਾਦ ਹੈ ਸਰਦਾਰਨੀ, ਜਿੱਦਾਂ ਹਰਜੋਤ ਸ਼ਾਹ ਸਿੰਘ ਜੀ ਦੱਸ ਰਹੇ ਸਨ, ਸਰਦਾਰਨੀ ਜਸਵਿੰਦਰ ਕੌਰ ਜੀ ਬੜੇ ਅਦਬ ਤੇ ਸਤਿਕਾਰ ਨਾਲ ਜੀ ਆਇਆਂ ਕਹਿੰਦੇ ਹਾਂ। ਸਰਦਾਰਨੀ ਜਸਵਿੰਦਰ ਕੌਰ ਜੀ, ਕਰੀਏ ਦਿਲ ਦੀਆਂ ਗੱਲਾਂ ਜਿਹੜਾ ਕਿ ਇਸ ਵੇਲੇ ਨਾਰਥ ਅਮਰੀਕਾ ਦੇ ਵਿਚਕਾਰ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕ ਦੇਖ ਰਹੇ ਨੇ, ਸਿੱਖੀ ਚੈਨਲ ਦੇ ਦਰਸ਼ਕ ਦੇਖ ਰਹੇ ਨੇ, ਤੁਸੀਂ ਉਹਨਾਂ ਦੇ ਰੂਬਰੂ ਹੋਏ ਹੋ। ਇਸ ਤੋਂ ਪਹਿਲਾਂ ਕਿ ਸਵਾਲਾਂ ਜਵਾਬਾਂ ਦਾ ਸਿਲਸਿਲਾ ਦੀ ਸ਼ੁਰੂ ਕਰੀਏ ਤੇ ਆਪ ਜੀ ਕੋਈ ਦੋ ਸ਼ਬਦ ਕਹਿਣਾ ਚਾਹੋ, ਨਹੀਂ ਤਾਂ ਫਿਰ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਸਭ ਨੂੰ ਦੇਸ਼ ਪਰਦੇਸ ਵਿੱਚ ਬੈਠੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਔਰ ਸਭ ਤੋਂ ਵੱਡਾ ਧੰਨਵਾਦ ਕਰਦੀ ਹਾਂ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਸਿੱਖੀ ਚੈਨਲ ਦਾ, ਜਿਨ੍ਹਾਂ ਨੇ ਅੱਜ ਮੈਨੂੰ ਇਸ ਲਾਇਕ ਜਾਣ ਕੇ ਆਪ ਸਭ ਦੇ ਰੂਬਰੂ ਕਰਾਇਆ ਹੈ। ਗੁਰੂ ਨਾਨਕ ਸਾਹਿਬ ਦੀ ਕਿਰਪਾ ਹਮੇਸ਼ਾ ਰਹੀ, ਪਰ ਗੁਰੂ ਨਾਨਕ ਸਾਹਿਬ ਦੇ ਬੰਦਿਆਂ ਦੀ ਜਿਹੜਾ ਸਾਥ ਹੁੰਦਾ ਹੈ ਉਸਦੇ ਕਰਕੇ ਅੱਜ ਮੈਂ ਆਪ ਸਭ ਨਾਲ ਰੂਬਰੂ ਹੋ ਸਕੀ। ਬਹੁਤ ਬਹੁਤ ਧੰਨਵਾਦ ਚੈਨਲ ਵਾਲਿਆਂ ਦਾ, ਧੰਨਵਾਦ ਤੁਹਾਡਾ ਕਿ ਜਿਨ੍ਹਾਂ ਨੇ ਇੰਨੇ ਬੇਸ਼ਕੀਮਤੀ ਸ਼ਬਦਾਂ ਦੇ ਨਾਲ ਸਾਡੇ ਦਰਸ਼ਕਾਂ ਨੂੰ ਪਿਆਰ ਭਰੀ ਅਸੀਸ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੇ ਧੰਨਵਾਦ ਤੇ ਜੀ ਪ੍ਰੋਗਰਾਮ ਦੇ ਅਖੀਰ ਤੇ ਕਰਾਂਗੇ ਜੀ, ਤੇ ਦਿਲ ਦੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ। ਤੇ ਸਾਡਾ ਪ੍ਰੋਗਰਾਮ ਕੋਈ ਫਾਰਮਲੀ ਇੰਟਰਵਿਊ ਨਹੀਂ ਹੈਗਾ ਜੀ, ਗੱਲ ਸਮਝ ਲਓ, ਨਾ ਇਹ ਇਮਤਿਹਾਨ ਹੈ, ਨਾ ਇੰਟਰਵਿਊ ਹੈ, ਨਾ ਗ੍ਰਿਲਿੰਗ ਹੈ, ਨਾ ਇਹਦੇ ਅੰਦਰ ਕੋਈ ਇਹੋ ਜਿਹੀ ਗੱਲ ਹੈ, ਇਹਦੇ ਅੰਦਰ ਤੇ ਸਿਰਫ ਦਿਲ ਦੀਆਂ ਗੱਲਾਂ ਨੇ ਕਰਨੀਆਂ, ਦਿਲ ਦੀਆਂ ਗੱਲਾਂ ਨੇ ਔਰ ਦਿਲ ਵਿੱਚੋਂ ਗੱਲਾਂ ਕਰਨੀਆਂ ਨੇ ਔਰ ਬੇਝਿਜਕ ਹੋ ਕੇ ਗੱਲਾਂ ਕਰਨੀਆਂ ਨੇ, ਤਾਂ ਕਿ ਇਹਨਾਂ ਬੇਝਿਜਕ ਗੱਲਾਂ ਦੇ ਵਿੱਚੋਂ ਕੋਈ ਸਮਾਧਾਨ ਸਾਡੇ ਸਾਹਮਣੇ ਨਿਕਲ ਕੇ ਆਵੇ ਕਿ ਪੰਜਾਬੀ ਮਾਂ ਬੋਲੀ, ਪੰਜਾਬੀ ਭਾਸ਼ਾ, ਇਸ ਦੇ ਪ੍ਰਤੀ ਪਿਆਰ ਤੇ ਸਤਿਕਾਰ ਨੂੰ ਹੋਰ ਕਿਵੇਂ ਵਧਾ ਸਕਦੇ ਹਾਂ। ਲਹਿੰਦੇ ਪੰਜਾਬ ਵੱਲ ਜਾਈਏ, ਉਹ ਕਹਿੰਦੇ ਨੇ ਕਿ ਚੜ੍ਹਦੇ ਪੰਜਾਬ 'ਚ ਪੰਜਾਬੀ ਸੋਹਣੀ ਬੋਲੀ ਜਾਂਦੀ ਹੈ, ਜੇ ਅਸੀਂ ਚੜ੍ਹਦੇ ਪੰਜਾਬ 'ਚ ਜਾਈਏ ਤੇ ਕਹਿੰਦੇ ਲਹਿੰਦੇ ਪੰਜਾਬ 'ਚ ਪੰਜਾਬੀ ਬੜੀ ਸੋਹਣੀ ਬੋਲੀ ਜਾਂਦੀ ਹੈ, ਲੇਕਿਨ ਪੰਜਾਬੀ ਅੱਜ ਵੀ ਪੰਜਾਬੀਆਂ ਦੀ ਭਾਵੇਂ ਮੁਲਕ ਦੀ ਹੱਦਾਂ ਦੇ ਅੰਦਰ ਲਕੀਰਾਂ ਪੈ ਗਈਆਂ ਨੇ, ਲੇਕਿਨ ਪੰਜਾਬੀਆਂ ਦੇ ਦਿਲਾਂ ਤੇ ਲਕੀਰਾਂ ਨਹੀਂ ਪਈਆਂ। ਅੱਜ ਵੀ ਪੰਜਾਬੀ ਦੁਨੀਆਂ ਦੇ ਕਿਸੇ ਕੋਨੇ 'ਚ ਬੈਠਾ
वो ये नहीं देखता कि ये भारत की धरती तो आया, ये पाकिस्तान की धरती तो आया, वो कहता है पंजाबी है तो मेरा प्यारा है, मैं ये ना गल करनी है, उन्होंने चाह हों गल कर। सो गलबात का सिलसिला जसविंदर कौर जी शुरू करते हैं। तो आप एक लंबा समा लगभग 30 साल का समा हो गया आपको पंजाबी अध्यापक होने का, अध्यापका होने का मान प्राप्त है। आप इस पीरियड के अंदर तुसी की देखिया कि पंजाबी जिहड़ी साडी मां बोली है, पंजाबी भाषा जिहड़ी है, इहदे प्रति विद्यार्थियों का ये मां प्यो का यानी पेरेंट्स का किहो जिहा रवैया है जिहदी भीड़ा दे विच्चों तुहानूं हैल्पलाइन जन्म लएगी, तो वह बाद असीं गल्लां करांगे। जी हैल्पलाइन बारे कोई गल नहीं कर रहे, हुण जसविंदर कौर जी को मैं व्यक्तिगत दिल की गल कर रहा कि जसविंदर कौर जी ये दसो कि माता पिता यानी पेरेंट्स वालों और बच्चों वालों पंजाबी मां बोली और पंजाबी भाषा को किस रूप विचकार लिया जा रहा। अज पंजाबी की जो असीं गल करने आं ते मैनूं लगता है कि साडी पंजाबी साडे अपने वालों ही विसारी जा रही है, जबकि दूजे सूबियां विच दूजी भाषा दे लोक मां बोली पंजाबी ना होंदे वी एक मिठड़ी ते अमीर विरासत वाली भाषा नूं अपना रहे ने। मेरी निजी जो तजर्बा है विद्यार्थियों नाल कि कई विद्यार्थी जिन्हां ने सीनियर क्लासा विच पंजाबी ऑप्ट कीती हुई लिखी हुई पंजाबी 11वीं 12वीं च, ते एक मुसलमान बच्चा भी मेरे नाल बहुत सोहनी पंजाबी बोलता है, वो मेरे नाल वार्तालाप करता है, व्हाट्सएप से मैसेज करता है, पंजाबी च करता है। पर कई बार मैनू अपने पंजाबी दे जो विद्यार्थी ने जो सिख ने या पंजाबी ने, क्योंकि पंजाबी गल क्लीयर असीं कर लईए कि पंजाबी कोई सिखां दी भाषा नहीं है, लोकां दे वहम है कि पंजाबी सिखां दी भाषा है, वो गल नहीं है, पंजाबी पंजाबियां दी भाषा है। जिवें कि आप जी ने कहा कि लैंदे पंजाब वल चढ़दे पंजाब वल, इस नूं बोलण वाले दूजे ते असीं तोहमतां लाने आ। एक सिख होने के नाते एक पंजाबी अध्यापक होने के नाते मैं चाहनी हाँ कि असी एक दूजे नूं तोहमतां ला के असी उहदा विकल्प कर कोई उहदा सुझाव लभीए कि बच्चे पंजाबी पढ़न, माँ बाप पंजाबी बोलन। इहदे लई जरूरी नहीं कि पुराने इतिहास ही पढ़ना है क्योंकि बोर करेगा बच्चों, बच्चे नहीं पढ़नगे, पर जे उन्होंने बच्चों असी नवी तकनीक दे नाल नवी तकनीक ना पंजाबी पढ़ाईए, पंजाबी गीत सुनाईए, पंजाबी सभ्याचार ते गूगल ते मिंट च मिलदा है, कोई चीज तुसीं सुननी है मिलदी है, ते असी उस तकनीक नूं लैके ते जिहड़ी असी गल करीए। ते मैं एक छोटी जिही निक्की गल तुहाडे नाल करना चाहवांगी कि मैं एक बड़ी साधारण परिवार की स्त्री हाँ, ते समय दे लोड़ मुताबिक मैनूं ब्याह तों बाद पढ़ाई करनी पई। पंजाबी अध्यापका बनन दी इक जिहड़ी गल मैं छोटी नहीं करांगी, शायद मेरे दर्शकां नूं टीवी चैनल दे ताही इतना चंगा भी लगे कि मेरे घर तंदूर तो रोटियां आईया, जिवें अखबार पहले लपेट के आंदियां सी, तो जिहड़ी रोटियां आईया वो पंजाबी दे अखबार वी सीगियां, अद्धा कु कागज सीगा मैनूं अज तक याद है। ते मैं देखिया पंजाबी दी अखबार है, बड़ी मुद्दत बाद मिली है, ते मैनूं ते जदों मैं राती वेहली ओके मैं अखबार पढ़ी ते उहदे लिखिया होया सी पंजाबी अकैडमी जिहड़ी है पंजाबी टीचर नूं नौकरी दे रही जिन्हां ने बीए तक पंजाबी पढ़ी दी। ਫਿਕਰ ਹੋਇਆ ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਪੰਜਾਬੀ ਪੜ੍ਹਾਈ, ਉਸ ਟਾਈਮ ਮੈਨੂੰ ਲੋੜ ਵੀ ਸੀ, ਤੇ ਮੈਂ ਉਸ ਇਸ਼ਤਿਹਾਰ ਦੇ ਨਾਲ ਆਪਣੀ ਜ਼ਿੰਦਗੀ ਬਣਾਈ। ਅਖਬਾਰ ਪੜ੍ਹਨਾ ਇੱਕ ਬਹੁਤ ਜ਼ਰੂਰੀ ਚੀਜ਼ ਹੈ, ਅਸੀਂ ਸ਼ਬਦਾਵਲੀ ਲੈਂਦੇ ਹਾਂ, ਸਾਨੂੰ ਸਾਡੇ ਸੱਭਿਆਚਾਰ ਨਾਲ ਜੋੜਦੀ ਹੈ, ਸਾਨੂੰ ਨਵੀਨ ਜਿਹੜੇ ਸਾਡੇ ਇਸ ਟਾਈਮ ਜੋ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਕੀ ਨੇ ਉਹਦੇ ਨਾਲ ਜੋੜਦੀ ਹੈ। मैं यो तो आटे चैनल ही एक पेरेंट्स नो जो सुनिया देना चाहूंगी, माता पिता नो सुनिया देना चाहूंगी, और जेड़े बच्चे भी सारा टीवी प्रोग्राम देख रहे ने कि बच्चों भाषा कोई भी बुरी नहीं है, अपनी मां बोली नो सी ना ते दूजी भाषा मां नो भी असी पूरा इज्जत मान देइए, उन्हां नो सिखिए। कोई भी चीज नवी सीखन लग्या साडा ज्ञान वधदा है, और ज्ञान ऐसा जो कोई चुरा नहीं सकदा, कोई खो नहीं सकदा साडे। सो जसविंदर कौर जी तुसी जिहड़ी गल अखीर ते कही है बहुत खूबसूरत गल है कि ज्ञान एक ऐसा खजाना है
जिदी ना चोरी हो सकती है ना डकैती हो सकती है ना कोई लुट के ले जा सकता है। यह बंदे दे व्यक्तिगत विरासत का हिस्सा है, ओदी अपनी कैपिटल है, ओदी अपनी जायदाद है जिन्हों कोई खो नहीं सकता। तो मां बोली जड़ी है और भाषा जड़ी है ते ज्ञान जड़ा है और ज्ञान वाल बदन लई भाषा का ज्ञान होना बहुत जरूरी है और भाषा के ज्ञान नाल ही बंदा अगे बढ़ता है। तुसी बहुत सोहनिया गल्लां कीतियां ने और शायद सानू जान के साडे जिहड़े जिहड़े साडे दर्शक ने उन पेरेंट्स भी बच्चे भी इस गल तो जानकारी हासिल, क्योंकि जिहड़ी अंग्रेज ने सब तो वड्डी जिहड़ी गल कीती सी ओह कीती सी कि उर्दू नू मुसलमानां नाल जोड़ता, हिंदू नू हिंदू हिंदी नू हिंदू हिंदुआं नाल जोड़ता, पर पंजाबी नू सिख भाषा नाल इस धर्म दे इतिहास दीआं भाषावां मड़ दित्तियां ताकि जिहड़ी कौम जिहड़ा मुल्क नू अगर वंडना होवे उहनू धर्म दी जंग च पा दिओ उह आपणे आप मुक जांदा है। इह हाल भाषा दा वी कीता गया और उस भाषा दे हल नू तुहाडे वरे चिंतक जिहड़े ने उहदे राह लभदे पए ने। ते सो मैं हुण अगला प्रश्न तुहानू करन जा रिहा कि आप जी जिस तरह के मैं अपनी तुहाडी इंट्रोडक्शन दे अंदर एक गल कही सी कि पंजाबी हैल्पलाइन दी रीढ़ दी हड्डी जसविंदर कौर, आप जी ये दसन की कृपालता करो कि पंजाबी हैल्पलाइन किस तरह वजूद विच आउंदी है और इनू वजूद च लियाण वाले केड़े केड़े शख्सियतां सन और इहदी लोड़ किवें पैंदी है। बहुत सोहना तुसीं प्रश्न पुछिआ और जो तुसीं मैनूं मान दित्ता रीढ़ दी हड्डी कह के ते मैं पूरी अपनी वाह लावांगी कि इस रीढ़ दी हड्डी नूं सदा मजबूत रखा ताकि पंजाबी हैल्पलाइन भी कामयाब रहे ते पंजाबी दा प्रचार प्रसार करन वाले भी कामयाब। ते गल करदे आं पंजाबी हैल्पलाइन वजूद दी कि 2005 दी गल है, CBSE ने एक सर्कुलर कढ़िया कि हर भाषा दी हैल्पलाइन नंबर दित्ते अखबार विच कि जिस किसी विद्यार्थी नूं किसी विषय विच हिसाब अंग्रेजी विज्ञान किसी भी विषय विच परेशानी है तो हेल्पलाइन नंबर दिते गए कि तुसी इत्थे सानू संपर्क कर जी। हुण ओह समां सी, हांजी जी, ते ओह समें हांजी ते ओह समें जदों असी उहनां नूं CBSE नूं मांग कीती कि पंजाबी वास्ते किहड़ा नंबर है तो कहिंदे पंजाबी वास्ते कोई नंबर नहीं है और ओह समां सी जदों CBSE जिहड़ी सिलेबस वी जिहड़ा ना अंग्रेजी छापदी सी, पंजाबी सिलेबस वी नहीं छपदा सीगा ते सानू असी जिहड़े मैं तुहानू दस्सां इस गल नूं शुरू करन तों पहले कि मेरे साथी ने सरदार प्रकाश सिंह गिल सरदार सुरिंदरपाल सिंह तिन्ना ने क्योंकि मैं जिवें तुहानू दस्सिया कि मैं विआह तों बाद पढ़ाई कीती ते तिन दोनों बड़े यंग मेरे तो बहुत छोटे ने ते इह वी मेरे नाल MA कर रहे सी पंजाबी दी लाइब्रेरी सीट रखने साडा एक प्यार बन गया। ਇਹਨਾਂ ਲੱਗਦਾ ਸੀ ਚਲੋ ਬੀਬੀ ਪਾਰਟ ਟਾਈਮ ਜੋਬ ਕਰਕੇ ਆਉਂਦੀ ਹੈ ਤੇ ਕੋਰਸਪੋਂਡੈਂਸ ਕਰ ਰਹੀ ਤੇ ਇਹਨੂੰ ਅਸੀਂ ਚਲੋ ਲਾਇਬ੍ਰੇਰੀ ਸੀਟ ਦੇਣੀ ਚਲੋ ਮੇਰੀ ਹੈਲਪ ਬਹੁਤ ਕੀਤੀ ਇਹਨਾਂ ਨੇ। ਇੱਕ ਸਾਡੀ ਨਾ ਜਿਵੇਂ ਇੱਕ ਨਿੱਘੀ ਸਾਂਝ ਬਣ ਗਈ ਤੇ ਅਸੀਂ ਜਿੱਥੇ ਕਿਤੇ ਮਿਲਣਾ ਤੇ ਅੱਗੇ ਹੋ ਕੇ ਮਿਲਣਾ ਤੇ 2005 ਵਿੱਚ ਉਹਨਾਂ ਨੇ ਮੈਨੂੰ ਐਵੇਂ ਕਿਸੇ ਤਰ੍ਹਾਂ ਸੰਪਰਕ ਕੀਤਾ, ਮੇਰੇ ਨਾਲ ਟੈਲੀਫੋਨ ਤੇ ਹੁੰਦੇ ਨਹੀਂ ਸੀ ਉਦੋਂ ਤੇ ਮੈਨੂੰ ਕਹਿੰਦੇ ਨੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਅਸੀਂ ਸੋਚਦੇ ਹਾਂ ਮਦਦ ਕਰੋਗੇ। ਮੈਂ ਦੁਚਿੱਤੇ 'ਚ ਪੈ ਗਈ, ਬੱਚੇ ਛੋਟੇ ਸਨ ਮੇਰੇ ਤੇ ਮੈਂ ਕਿਹਾ ਚਲੋ ਦੇਖਨੇ ਆ ਚਲੋ ਸ਼ੁਰੂ ਕਰਨੇ ਆ ਤੇ ਅਸੀਂ CBSE ਨਾਲ ਰਾਬਤਾ ਕਾਇਮ ਕੀਤਾ। CBSE ਨੇ ਕਿਹਾ ਤੁਸੀਂ ਹੈਲਪਲਾਈਨ ਬਣਾ ਲਓ, ਸਾਨੂੰ ਕੋਈ ਹਰਜ਼ ਨਹੀਂ ਹੈ। ਉਹਨਾਂ ਨੇ ਸਾਨੂੰ ਮਤਲਬ ਕਿ ਇਸ਼ਾਰਾ ਕਰਤਾ ਕਿ ਤੁਸੀਂ ਆਪਣੀ ਹੈਲਪਲਾਈਨ ਬਣਾ ਸਕਦੇ ਹੋ ਤੇ ਅਸੀਂ ਤਿੰਨਾਂ ਸਾਥੀਆਂ ਨੇ ਮਿਲ ਕੇ 2005 ਵਿੱਚ ਹੈਲਪਲਾਈਨ ਦਾ ਇੱਕ ਕੀਤਾ। ਉਹਨਾਂ ਕੋਲ ਟੈਲੀਫੋਨ ਸਨ, ਮੈਂ ਵੀ ਨਵਾਂ ਫੋਨ ਲਿੱਤਾ, ਫਿਰ ਟਾਟਾ ਦਾ ਮੈਨੂੰ ਅੱਜ ਤੱਕ ਯਾਦ ਟਾਟਾ ਦਾ ਨੰਬਰ ਲਿੱਤਾ ਗਿਆ ਕਿ ਅਸੀਂ ਕਾਲਾਂ ਮੁਫਤ ਹੁੰਦੀਆਂ ਸੀ ਕੁਛ ਕੁਛ ਇਹੋ ਜਿਹੀ ਗੱਲਾਂ ਤੇ ਅਸੀਂ ਤਿੰਨਾਂ ਨੇ ਨੰਬਰ ਲਿੱਤਾ ਤਾਂ ਕਿ ਅਸੀਂ ਤਿੰਨੋਂ ਆਪਸ ਵਿੱਚ ਵੱਧ ਤੋਂ ਵੱਧ ਨੇੜੇ ਰਹਿ ਸਕਦੇ ਤੇ ਇਸ ਤਰ੍ਹਾਂ ਫਿਰ ਸਾਡੇ ਨਾਲ ਸਾਥੀ ਜੁੜੇ ਮਹਿੰਦਰ ਮੁੰਜਾਲ ਜੀ, ਉਹ ਵੀ ਸਰਕਾਰੀ ਸਕੂਲ ਟੀਚਰ ਨੇ। ਮੈਂ ਇਹ ਵੀ ਦੱਸਦਾ ਪ੍ਰਕਾਸ਼ ਸਿੰਘ ਗਿੱਲ ਵੀ ਪੰਜਾਬੀ ਟੀਚਰ ਨੇ, ਸੁਰਿੰਦਰਪਾਲ ਸਿੰਘ ਵੀ ਪੰਜਾਬੀ ਟੀਚਰ ਨੇ, ਮੇਰਾ ਆਪ ਜੀ ਨੇ ਸਭ ਨੂੰ ਦੱਸਿਆ ਹੀ ਹੈ ਮੈਂ ਵੀ ਪੰਜਾਬੀ ਟੀਚਰ ਹਾਂ ਔਰ ਅੱਜ ਦੇ ਦਿਨ ਹੀ ਮੇਰੀ ਨੌਕਰੀ ਲੱਗੀ ਸੀ 30 ਸਾਲ ਪਹਿਲੇ। ਇਹ ਵੀ ਬੜਾ ਵੱਡਾ ਮੇਰਾ ਸੀ, ਬੜਾ ਯਾਦਗਾਰੀ ਦਿਨ ਹੈ। ਤੇ ਮਹਿੰਦਰ ਮੁੰਜਾਲ ਸਰਕਾਰੀ ਸਕੂਲ ਨੌਕਰੀ ਕਰਦੇ ਨੇ ਤੇ ਇੱਕ ਸੁਨੀਲ ਕੁਮਾਰ ਬੇਦੀ, ਉਹ ਵੀ ਸਰਕਾਰੀ ਸਕੂਲ ਨੌਕਰੀ ਕਰਦੇ, ਉਹਨਾਂ ਦੇ ਸਾਥੀ ਸਰ ਮਿਲੇ ਸਾਰੇ ਤੇ ਮੈਨੂੰ ਕਹਿੰਦੇ ਭੈਣ ਜੀ
ਮੈਨੂੰ ਬੜਾ ਅੱਛਾ ਲੱਗਾ ਕਹਿੰਦੇ ਇੰਜ ਭੈਣ ਜੀ ਤੁਸੀਂ ਸਾਡੇ ਸਭ ਦੀ ਵੱਡੀ ਭੈਣ ਹੋ ਕਿਉਂਕਿ ਸਾਡਾ ਰਾਬਤਾ ਜਿਹੜਾ ਗੱਲ ਹੋਣੀ ਹੁਣ ਅਧਿਆਪਕਾਂ ਨਾਲ ਜ਼ਿਆਦਾਤਰ ਫੀਮੇਲ ਨੇ ਤੇ ਤੁਸੀਂ ਸਾਡੇ ਨਾਲ ਹੋਵੋਗੇ ਤੇ ਅਸੀਂ ਜਿਹੜਾ ਨਾ ਹੋਰ ਜ਼ਿਆਦਾ ਜਜ਼ਬੇ ਨਾਲ ਕੋਈ ਸਾਡੇ ਨਾਲ ਗੱਲ ਕਰਨ ਆਏਗਾ ਉਹਨਾਂ ਲੱਗਾ ਲੇਡੀ ਕਿੰਨਾ ਕੋਲ ਹੈਗੀ ਹੈ ਤੇ ਉਹ ਗੱਲ ਕਰ ਸਕਦੇ ਤੁਸੀਂ ਸਾਡੇ ਨਾਲ ਖਲੋ ਚਲੋ ਇੱਕ ਛੋਟਾ ਅਸੀਂ ਪੰਜਾਬ ਭਵਨ ਦੀ ਕੈਂਟੀਨ ਵਿੱਚ ਅਸੀਂ ਬਹਿ ਕੇ ਚਾਹ ਪੀਤੀ ਸਾਡੀ ਇੱਥੇ ਮੁਲਾਕਾਤ ਜਿਹੜੀ ਰਜਿਸਟਰ ਲਿਖਿਆ ਗਿਆ ਅਸੀਂ ਆਪਣੀ ਸਭ ਨੇ ਮੀਟਿੰਗ ਪੁਆਇੰਟ ਬਣਾਏ ਜੋ ਸਾਡੇ ਕੋਲ ਦਸਵੰਧ ਹੋਇਆ ਸਭ ਨੇ ਦਿੱਤਾ ਕਿ ਅਸੀਂ ਸ਼ੁਰੂ ਕਰਨਾ ਹੁਣ ਹੈਲਪਲਾਈਨ ਹੋ ਗਈ ਸ਼ੁਰੂ ਤੇ ਸਕੂਲਾਂ ਨੂੰ ਬੱਚਿਆਂ ਨੂੰ ਅਸੀਂ ਕਿਵੇਂ ਅਖਬਾਰ ਰਾਹੀਂ ਅਸੀਂ ਸੁਣਿਆ ਦਿੱਤਾ ਕਿ ਇਹ ਨੰਬਰਾਂ ਤੇ ਤੁਸੀਂ ਪੰਜਾਬੀ ਵਾਸਤੇ ਸੰਪਰਕ ਕਰ ਸਕਦੇ ਉਹਨਾਂ ਬੱਚਿਆਂ ਨੇ ਸਾਡੇ ਨਾਲ ਸੰਪਰਕ ਕੀਤਾ ਕੋਈ ਕਿੱਥੋਂ ਫੋਨ ਆ ਰਿਹਾ ਕੋਈ ਕਿੱਥੋਂ ਫੋਨ ਆ ਰਿਹਾ ਸਿਲੇਬਸ ਦੱਸ ਦਿਓ ਸਮਝ ਨਹੀਂ ਆ ਰਿਹਾ ਕਿੱਥੋਂ ਲਈਏ ਫਿਰ ਅਸੀਂ ਅਸਾਈਨਮੈਂਟ ਬਣਾਏ ਕਿਸੇ ਤਿੰਨੋਂ ਕਿਉਂਕਿ ਤਜ਼ਰਬੇਕਾਰ ਸੀ ਅਸੀਂ ਸੀਨੀਅਰ ਕਲਾਸਾਂ ਲੈ ਰਹੇ ਸੀਗੇ ਅਸੀਂ ਦਸਵੀਂ ਬਾਰਵੀਂ ਦੇ ਅਸਾਈਨਮੈਂਟ ਬਣਾਈਆਂ ਤੇ ਉਹ ਅਸਾਈਨਮੈਂਟ ਸਾਡਾ ਤਜ਼ਰਬਾ ਸੀਗਾ ਕਿਉਂਕਿ ਸਾਡੀ CBSE ਸਾਇੰਸ ਤੇ ਹੈ ਨਹੀਂ ਸੀ ਅਸੀਂ ਉਹਨਾਂ ਦੇ ਹਜ਼ਾਰਾਂ ਅਧਿਆਪਕ ਵਿੱਚ ਇੱਕ ਅਧਿਆਪਕ ਸੀ ਉਹਨਾਂ ਵਾਸਤੇ ਤੇ ਉਹ ਸਾਡੇ ਨਾਲ ਜਿਹੜੇ ਨੇ ਬਾਬਾ ਬੋੜ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਪਰ ਮੈਂ ਉਹਨਾਂ ਨੂੰ ਤ੍ਰਿਵੇਣੀ ਕਹਿੰਦੀ ਸੀ ਪੰਜਾਬੀ ਦੀ ਤ੍ਰਿਵੇਣੀ ਆਪ ਸਭ ਨੇ ਸ਼ਾਇਦ ਨਾਮ ਸੁਣਿਆ ਹੋਏਗਾ ਮਹਿਰੂਮ ਸਰਦਾਰ ਤਾਰ ਸਿੰਘ ਜੀ ਅਨਜਾਨ ਐਨਆਰ ਗੋਇਲ ਸਾਹਿਬ ਜਗਦੀਸ਼ ਕੌਸ਼ਲ ਜੀ ਇਹ ਤਿੱਕੜੀ ਸੀ ਇਹਨਾਂ ਦੀ ਪੰਜਾਬੀ ਦੀ ਤੇ ਇਹਨਾਂ ਦੀ ਆਸ਼ੀਰਵਾਦ ਸਾਨੂੰ ਮਿਲਿਆ ਸਾਨੂੰ ਇਹਨਾਂ ਨੇ ਬੜਾ ਮਤਲਬ ਕਿ ਖੁੱਲੇ ਦਿਲ ਨਾਲ ਲਿਆ ਨੀ ਕਿ ਉਹਨਾਂ ਨੇ ਕਿਹਾ ਕਿ ਸਾਡੀ ਜੋ ਚੀਜ਼ ਹੈ ਅਸੀਂ ਆਪਣੇ ਕੋਲ ਰੱਖ ਲੈਣੀ ਹੈ ਉਹਨਾਂ ਨੇ ਕਿਹਾ ਕਿ ਨਵੀਂ ਪਨੀਰੀ ਅੱਗੇ ਆ ਰਹੀ ਹੈ ਤੁਸੀਂ ਅਸੀਂ ਤੁਹਾਡੇ ਨਾਲ ਹਾਂ ਜਸਵੰਤ ਸਿੰਘ ਸੇਖਵਾ ਜੀ ਉਹ ਵੀ ਕਵੀ ਨੇ ਸ਼ਾਇਰ ਟੀਚਰ ਵੀ ਨੇ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਨੂੰ ਅੱਗਾਂ ਤੋੜਿਆ ਸੀ ਤੇ ਅਸੀਂ ਇਸ ਤਰ੍ਹਾਂ ਕਰਦੇ ਕਰਦੇ ਪੰਜਾਬੀ ਹੈਲਪਲਾਈਨ ਨੇ ਮਜ਼ਬੂਤ ਬਣਾ ਲਿਆ ਤੇ ਫਿਰ ਸਾਨੂੰ ਮਿਲੇ ਸਰਦਾਰ ਪੁਸ਼ਪਿੰਦਰ ਸਿੰਘ ਜੀ ਜੋ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸਨ ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਤੇ ਉਹ ਬੜੇ ਖੁਸ਼ ਹੋਏ ਗਏ ਪੰਜਾਬੀ ਵਾਸਤੇ ਕੰਮ ਕਰ ਰਹੇ ਹੋ ਅੱਜ ਤੱਕ ਕੋਈ ਵੀ ਨਹੀਂ ਆਇਆ ਮੈਂ ਤੁਹਾਡੇ ਨਾਲ ਤੇ ਉਹਨਾਂ ਨੇ ਸਾਡਾ ਬਹੁਤ ਅੱਛਾ ਪ੍ਰੋਗਰਾਮ ਕਰਾਇਆ ਟੀਚਰਾਂ ਨੂੰ ਅਸੀਂ ਬੁਲਾਇਆ ਜਿਨ੍ਹਾਂ ਦਾ 100% ਰਿਜ਼ਲਟ ਸੀਗਾ ਟੀਚਰ ਬੜੇ ਖੁਸ਼ ਹੋਏ ਕਿ ਪੰਜਾਬੀ ਦੇ ਟੀਚਰ ਕੋਈ ਅੱਜ ਤੱਕ ਤਾਂ ਜਿਹੜਾ ਆਉਂਦਾ ਅੰਗਰੇਜ਼ੀ ਵਾਲਿਆਂ ਨੂੰ ਪੁੱਛਦਾ ਹੈ ਸਾਇੰਸ ਵਾਲਿਆਂ ਨੂੰ ਮੈਥ ਵਾਲਿਆਂ ਨੂੰ ਪੰਜਾਬੀ ਦੇ ਸਕੂਲ ਵਾਲੇ ਨੂੰ ਪੁੱਛਦੇ ਤੇ ਇਸ ਤਰ੍ਹਾਂ ਪੰਜਾਬੀ ਹੈਲਪਲਾਈਨ ਦਾ ਰੂਪ ਬਣਿਆ ਤੇ ਕੁਲਦੀਪ ਸਿੰਘ ਸਰਦਾਰ ਕੁਲਦੀਪ ਸਿੰਘ ਜੋ ਟਾਈਪਿਸਟ ਨੇ ਪੰਜਾਬੀ ਦੇ ਉਹ ਵੀ ਸਾਡੇ ਨਾਲ ਨੇ ਤੇ ਉਹਨਾਂ ਨੇ ਸਾਨੂੰ ਸਾਰਾ ਟਾਈਪ ਦਾ ਕੰਮ ਸੰਭਾਲਿਆ ਤੇ ਉਸ ਤੋਂ ਬਾਅਦ ਮੈਂ ਸ਼ੁਕਰ ਗੁਜ਼ਾਰ ਹਾਂ ਜੋ ਇਸ ਟੀਮ ਦੇ ਪਿੱਛੇ ਜੋ ਮੈਨੂੰ ਹੈਲਪ ਮਿਲੀ ਮੇਰਾ ਆਪਣਾ ਪਰਿਵਾਰ ਮੇਰੇ ਪਤਨੀ ਸਰਦਾਰ ਗੁਰਚਰਨ ਸਿੰਘ ਜੀ ਮੇਰੇ ਬੱਚੇ ਜਗਮੀਤ ਸਿੰਘ ਤੇ ਜੁਗਾਨਦੀਪ ਸਿੰਘ ਕਿ ਜਿਨ੍ਹਾਂ ਦਾ ਕੀਮਤੀ ਸਮਾਂ ਲੈ ਕੇ ਮੈਂ ਪੰਜਾਬੀ ਹੈਲਪਲਾਈਨ ਨਾਲ ਸੇਵਾ ਕਰ ਸਕਦੀ ਜਸਵਿੰਦਰ ਕੌਰ ਜੀ ਤੁਸੀਂ ਜਸਵਿੰਦਰ ਕੌਰ ਜੀ ਤੁਸੀਂ ਪੰਜਾਬੀ ਹੈਲਪਲਾਈਨ ਦੀ ਜਿਹੜੀ ਜਿਹੜੀ ਉਹਦੀ ਪ੍ਰਿਸ਼ਠ ਭੂਮੀ ਹੈ ਉਹਦੇ ਤੇ ਬੜੇ ਸੋਹਣੇ ਤਰੀਕੇ ਨਾਲ ਰੋਸ਼ਨੀ ਪਾਈ ਹੈ ਕਿਵੇਂ ਵਜੂਦ ਚਾਹੁੰਦੀ ਹੈ ਕਿੱਦਾਂ ਸਾਰੀ ਹੈ ਵਿਸ਼ੇਸ਼ ਕਰਕੇ ਤੁਸੀਂ ਇੱਕ ਨਾਮ ਜਿਹੜਾ ਲਿਆ ਇਹਦੇ ਵਿਚਕਾਰ ਵੈਸੇ ਤੇ ਮੈਂ ਸਾਰੇ ਵਿਅਕਤੀਆਂ ਨੂੰ ਪੂਰੇ ਸਤਿਕਾਰ ਦਿੰਦਾ ਵਾਂ ਗਿੱਲ ਸਾਹਿਬ ਤੋਂ ਲੈ ਕੇ ਸਾਰੇ ਬੰਦਿਆਂ ਦਾ ਲੇਕਿਨ ਮਰਹੂਮ ਸਾਹਿਬ ਪੁਸ਼ਪਿੰਦਰ ਸਿੰਘ ਹੋਰੀ ਜਿਨ੍ਹਾਂ ਦੇ ਅੰਦਰ ਮੈਂ ਕਹਿੰਦਾ ਇੱਕ ਵੱਖਰਾ ਤਰੀਕੇ ਦਾ ਜਿਸਮ ਚ ਕਰੰਟ ਸੀ ਕਿ ਉਹ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਭਾਸ਼ਾ ਲਈ ਬਹੁਤ ਕੰਮ ਕਰਦੇ ਸੀ ਔਰ ਉਹਨਾਂ ਨੂੰ ਜਿੱਥੇ ਕਿਤੇ ਨਜ਼ਰ ਆ ਜਾਂਦਾ ਸੀ ਕਿ ਬੇ ਮੈਂ ਪੰਜਾਬੀ ਲਈ ਸਿੱਖੀ ਲਈ ਕੁਝ ਕਰਨਾ ਤੇ ਪੁਸ਼ਪਿੰਦਰ ਸਿੰਘ ਜੀ ਅੱਜ ਭਾਵੇਂ ਸੰਸਾਰ ਚ ਵਿੱਚ ਨਹੀਂ ਹੈ ਲੇਕਿਨ ਅੱਜ ਪੰਜਾਬੀ ਹੈਲਪਲਾਈਨ ਦੇ ਉਹ ਰੂਹ ਰਨ ਰਵਾ ਰਹੇ ਨੇ ਔਰ ਉਹਨਾਂ ਨੇ ਇਹਦੇ ਅੰਦਰ ਇੱਕ ਨਵੀਂ ਜਾਨ ਫੂਕੀ ਸੀ ਕਿ ਪੰਜਾਬੀ ਹੈਲਪਲਾਈਨ ਚੜ੍ਹਦੀ ਕਲਾ ਚ ਰਹਿਣੀ ਚਾਹੀਦੀ ਹੈ ਤੇ ਮੈਂ ਸਮਝਦਾ ਕਿ ਅੱਜ ਉਹਨਾਂ ਨੂੰ ਅਸੀਂ ਯਾਦ ਕੀਤਾ ਸਾਨੂੰ ਬਹੁਤ ਅੱਛਾ ਲੱਗ ਰਿਹਾ ਇਹ ਜਾਣਾ ਤਾਂ ਸੰਸਾਰ ਤੋਂ ਸਾਰਿਆਂ ਨੇ ਹੀ ਹੈ ਲੇਕਿਨ ਉਹ ਸਾਡਾ ਮਿੱਤਰ ਬਹੁਤ ਜਲਦੀ ਚਲਾ ਗਿਆ ਪੁਸ਼ਪਿੰਦਰ ਸਿੰਘ ਜੀ ਭੰਡਾਰੀ ਸਾਹਿਬ ਸੋ ਖੈਰ ਚੋ ਗੱਲਬਾਤ ਦਾ ਸਿਲਸਿਲਾ ਅੱਗੇ ਜਾਰੀ ਰੱਖਦੇ ਹਾਂ ਤੇ ਮੈਂ ਪੁੱਛਣਾ ਚਾਹਾਂਗਾ ਕਿ ਜਸਵਿੰਦਰ ਕੌਰ ਜੀ ਜਿਹੜੇ ਪੰਜਾਬੀ ਹੈਲਪਲਾਈਨ ਜਿਹੜੀ ਹੈ ਹੋਰ ਬੜੀਆਂ ਸੰਸਥਾਵਾਂ ਕੋਸ਼ਿਸ਼ ਕਰਦੀਆਂ ਆਪਣੇ ਵੱਲੋਂ ਪੰਜਾਬੀ ਹੈਲਪਲਾਈਨ ਜਿਹੜੇ ਪੰਜਾਬੀ ਭਾਸ਼ਾ ਦੇ ਅੰਦਰ ਬੱਚੇ ਚੰਗੇ ਨੰਬਰਾਂ ਤੋਂ ਪਾਸ ਹੁੰਦੇ ਨੇ ਜਾਂ ਜਿਹੜੀ ਟੀਚਰ ਸਾਹਿਬਾਨ ਚੰਗਾ ਪੜ੍ਹਾਉਂਦੀਆਂ ਨੇ ਔਰ ਚੰਗੇ ਰਿਜ਼ਲਟ ਦੇ ਨਾਲ ਆਪਣੇ ਆਪ ਨੂੰ ਅਪਰੂਵ ਕਰਦੀਆਂ ਨੇ ਪ੍ਰਮਾਣਿਤ ਕਰਦੀਆਂ ਨੇ ਕਿਆ ਆਪ ਜੀ ਸੰਸਥਾ ਉਹਨਾਂ ਨੂੰ ਕੋਈ ਸਨਮਾਨ ਜਾਂ ਪਿਆਰ ਜਾਂ ਉਹਨਾਂ ਨੂੰ ਮਦਦ ਕਰਦੇ ਬਿਲਕੁਲ ਵੀਰ ਜੀ ਮੈਂ ਤੁਹਾਨੂੰ ਕਹਿਣਾ ਚਾਹਾਂਗੀ
कि जदों पंजाबी हेल्पलाइन दा चर्चा अखबारां राही या आप जी मित्रा राही प्रेमिया राही वध्या ते सानू एक यूपी दे बंदे ने जो ब्लाइंड स्टूडेंट सीगा दसवीं दा उन्हें किसी दा साना राबता कायम किया ते कहंदा जी तुसी मेरी हेल्प कर सकदे हो ते असीं किवें तेरी हेल्प करिए कहंदा मैनूं कोई पंजाबी पढ़ाउण वाला नहीं है अगर तुसी मैनूं कोई ऑडियो बना के दे दिओ ते मैं ऑडियो के पढ़ना प्रकाश है फोन कि भैन जी कोई भी गल होंदी सी ना क्योंकि सब दे विच उम्र जिवें वड्डी आ ते एक रिस्पेक्ट भी देंदे ने भैन जी किवें करना है मैं कहा किवें होएगा प्रकाश बड़ा खर्चा हो जाएगा कहंदे चलो सारे दसवंद कर लांगे फिर की हो गया गल हो गई असी सी डी पंजाबी हेल्पलाइन दी बनाई बच्चे से ओनू मिलके असी उन्हें दिती वो चंगे नंबर पा राइटर भी मुहैया करवाया क्योंकि ब्लाइंड स्टूडेंट नू सीबीएसई राइटर देंदी वो बहुत खुश होया फिर वो भी अपने काम च लग गया असी भी चलो दसवीं तो बाद भी कुछ नहीं अगो किया रुझेवे इन्ने से फिर बारहवीं के पेपर तो पहले फिर वह जनवरी फोन आ गया मां जी पेपर ने कहना ऑडियो बनाओ फिर उ इकट्ठ होया फिर असी गुरु नानक साहब की कृपा न सच्ची किरत करते हुए असी बारहवीं की ऑडियो बनाई तो बच्चे ने 70% अंक जड़े हासिल किए असी तिने पंजाबी अध्यापक जी ने तुम दसिया पुष्पिंदर जी ने सानू एक सिलसिला शुरू करके दिता और मैनू गल कहते पता नहीं मैनू दिल कर रहा कि मैं गल कह क्यों मैं कहते कि मैं बिलीव नहीं करता कि लेडीज इन्ना काम कर सकदियां ने मैनू मेरे आले दुआले जिन्हें जेंट्स ने तो मैं तो उन्होंने ही गल करके राजी हाँ फिर दो चार बारी जो मैं लगा मैं नहीं जाना प्रकाश तुम जाओ भैन तू चल तो सही जिम्मे बच्चों ने हाथ फड़क चाहिए उवे मैं लेके जाना फिर पुष्पिंदर जी ने लगा कि नहीं कि यह सिर्फ दिखावे वास्ते नहीं आँगी एक्चुअली करना चाह रही है तो उन्होंने मैनु पूरा सन्मान दिता गलबात करते बहुत सोहनी तरह मतलब मैं और दिन वो वजन है कि 5 सितंबर उन्होंने अटैक होया तीन दिन में उन्होंने डैथ हो गई 7 सितंबर मैं उन्होंने याद करी श्रद्धांजलि दे रही हाँ चैनल के राही मैं उन्होंने कि बड़े सत्कार योग साढ़े वे भरा सन हूँ गल करते हैं कि अध्यापकों फिर असी बनाया कि हर साल जो बारहवीं के अध्यापक ने जिन्हों का 100% नतीजा आता है असी उन्होंने अध्यापकों सन्मानित करेंगे संस्था वालों असी बहुता कुछ तो नहीं कर सकते पर जिन्ना साडे कोल सबब बंदा सी कोई गिफ्ट कोई कुछ या किसी हस्ती नूं उत्थे बुलाना ताकि उन्हां दा हौसला वधे इसे दौरान साडा CBSE नाल भी राबता होया असी CBSE दी 9वीं 10वीं 11वीं 12वीं दी किताबां जो 15 साल बाद रिवाइज होईयां सी सानू उत्थे भी काम करन दा मौका मिलिया ते उत्थे जो चेयरमैन सन डॉक्टर विनीत जोशी जी असी ना उन्होंने सद्दा देन चले गए कि असा 100% बच्चे के नंबर आए ने जलंधर तो बच्चा आ रहा है तो एक लुधियाने तो है तो असी ना तुम आओ मैं प्रकाश गल तू कि पहुंच गया भाई इतने वे बंद ने साडे छोटी ने संस्था ने कि नुक्कर भी नहीं दिसनी उन्हें लंबन से कहते चलो और बड़ी कमाल की गल है कि वह अपनी मीटिंग छोड़ के साडे प्रोग्राम आए और अद्धा पौना घंटा उत्थे रहे कि मैं देखना चाहना वा कि पंजाबी जिदा कोई कहिंदे ने कोई है ही नहीं ज्यादा वजूद 80 टीचरां नूं सम्मानित कर रहे ने और जो 100% बच्चा लैंदा हैगा वे तो बहुत खुश होए कहिंदे मैं पहली बारी पंजाबी टीचर दा इन्ना बड़ा इकट्ठ देखिया और पंजाबी हेल्पलाइन दे बारे में जानिया ते साडे जसविंदर कौर जी जसविंदर कौर जी समा दौड़दा पिया चढ़दी कला टाइम टीवी नॉर्थ अमेरिका के दर्शकों सिक्की चैनल के दर्शकों मैं दसना चाहना कि अज साडे नाल सरदारनी जसविंदर कौर जी पंजाबी हेल्पलाइन तो जुड़े हुए ने पंजाबी हेल्पलाइन को टाइटल है जिहड़ा कि बच्चों लई टीचर साहबान लई एक ऐनी वड्डी मदद साबित हो रही है जिस मदद दे नाल अज दुनिया भर च क्योंकि अज टेक्नोलॉजी ने सानू टेक्नोलॉजी ने ग्लोबल विलेज दे विचकार सानू कन्वर्ट कर दिता है उदो पंजाबी हेल्पलाइन दुनिया के हर कोने के विचकार लोगों नू मदद कर रही है पंजाबियों नू मदद कर रही है पंजाबी टीचर नू विद्यार्थियों नू तो हो पंजाबी प्यार करने वाले नू मदद कर रही है अगर तुहाडे कोल भी कोई तजर्बा है और साझा करना चाहते हो तो चढ़दी कला टाइम टीवी नॉर्थ अमेरिका की स्क्रीन के उत्ते ईमेल एड्रैस आ रहा उसे अपना नाम से फोन नंबर भेजो और सिक्खी चैनल के नंबर के उत्ते
आप जी व्हाट्सएप कॉल करो, मिस कॉल करो, या आप सानू मैसेज दो, असी आप जी संपर्क करांगे और फिर गलबात का सिलसिला, क्योंकि समा साढ़े को थोड़ा लेकिन गल्लां ने बड़ियां दिल दियां गल्लां करनियां ने। जिहड़ा प्लेटफॉर्म सरदार जगजीत सिंह जी दर्दी चढ़दी कला टाइम टीवी और सा हरजोत शाह सिंह जी सिक्की चैनल वालों ने किया है, इस चैनल नूं असी इस करिए दिल दियां गल्लां नूं दुनिया के कोने कोने तक पहुंचा रहे हैं। तो जसविंदर कौर जी, मेरा एक प्रश्न है जिसके दो तीन हिस्से ने, जरा छोटा जा जवाब देने की कोशिश करना, समा दौड़ता पिया। तो मेरा प्रश्न है कि जी ऑडियो वीडियो तुसी तैयार कर दी कीतियां हुई ने, उसनू CBSE वालों कोई मानता प्राप्त है, नंबर वन। दूसरा नंबर ये कि आप जो दिल्ली और या दिल्ली तो बाहर भी किसी नू मदद करते हो, या थोड़ा कोई दायरा इसको बाहर भी है, और जरा सब तो इंपॉर्टेंट जरा मेरे प्रश्न का होते कि ये सारे इनामात दसवंत नाल चल रहे ने, या कोई होर भी कोई अगे संस्था बढ़ के अगे आई है कि जसविंदर कौर जी गिल साहब सानू दसो असी थोड़ी कोई मदद करिए, कोई है? यह प्रश्न के तीन हिस्से ने, जे दो दो लाइना च जवाब दे दोगे तो मैनू लगता कि सारी जिहड़ी गल है साडी लोकां तक पहुंच जाएगी। पहली गल कि CD दी मानता CBSE च है, असी उन्हां नू दित्ती है, तुहानू दस्सिया कि जिवें कि उन्हां दे चेयरमैन साडे मेहमान बन के आए सन, ਤੇ ਅਸੀਂ ਉਹਨਾਂ ਨੂੰ ਦਿੱਤਾ ਸੀ, ਤੇ ਉਹਨਾਂ ਨੂੰ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਜੋ ਕੰਮ ਕਰ ਰਹੇ ਹੋ ਬਹੁਤ ਵਧੀਆ। ਠੀਕ ਹੈ, ਹੁਣ ਸਾਨੂੰ ਦਿਸ਼ਾ ਐਪ ਉਹਦੇ ਅਸੀਂ ਕਹਿ ਰਹੇ ਨੇ ਕਿ ਅਸੀਂ ਇਹ CD ਨਵੀਂ ਜੁਗੀ ਸਿਲੇਬਸ ਬਦਲਦਾ ਜਾਂਦਾ ਹੈ, 2005 ਤੋਂ ਲੈ ਉਹਦਾ ਸਭ ਬਦਲ ਗਿਆ। ਹੁਣ ਵੀ ਸਾਨੂੰ ਦਿਸ਼ਾ ਐਪ ਚ ਵਾਸਤੇ ਇਹ ਆਫਰ ਆਈ ਹੈ ਕਿ ਅਸੀਂ CD ਬਣਾ ਕੇ ਦੇਈਏ। ਉਸ ਤੋਂ ਇਲਾਵਾ ਅਸੀਂ ਸਿਵਲ ਸੇਵਾਵਾਂ ਵਾਸਤੇ ਵੀ ਬੱਚਿਆਂ ਨੂੰ ਕਰਨੇ ਆ, ਤੇ ਅੱਜ ਕੱਲ੍ਹ ਅਸੀਂ ਜੋ ਕਰੋਨਾ ਟਾਈਮ ਵਿੱਚ ਬੈਠੇ ਹਾਂ, ਈ ਸੰਦੇਸ਼ ਅਸੀਂ ਜਿਹੜਾ ਅਖਬਾਰ ਖੰਡਿਆ ਵੇ, ਇਸ ਦੇ ਵਿੱਚ ਜਿਹੜੀ ਗੱਲ ਤੁਹਾਡਾ ਦੂਜਾ ਪ੍ਰਸ਼ਨ ਦਾ ਦੂਜਾ ਹਿੱਸਾ ਵੇ ਕਿ ਦਿੱਲੀ ਤੋਂ ਬਾਹਰ ਵਾਲੇ ਲੋਕਾਂ ਦੀ ਗੱਲ, ਇਸ ਦੇ ਵਿੱਚ ਜਿਹੜਾ ਮੈਗਜ਼ੀਨ ਨੂੰ ਜਿਹੜਾ ਸਕਰੀਨ ਦੇ ਨੇੜੇ ਕਰੋ ਤਾਂ ਕਿ ਦਰਸ਼ਕ ਇਸ ਨੂੰ ਦੇਖ ਸਕਣ ਜੀ। ਬਹੁਤ ਖੂਬ ਜੀ, ਹਾਂਜੀ ਪਲੀਜ਼ ਆਪਣੀ ਗੱਲ ਜਾਰੀ ਰੱਖੋ। ਇਸ ਦੇ ਵਿੱਚ ਜਿਹੜਾ ਸਾਡੇ ਦਿੱਲੀ ਤੋਂ ਬਾਹਰੋਂ ਸਾਡੇ ਅਧਿਆਪਕ ਜੁੜੇ ਹੋਏ ਨੇ, ਉਹਨਾਂ ਦੀ ਲਿਖਤਾਂ ਜੋ ਕੋਈ ਅਖਬਾਰ ਕੋਈ ਮੈਗਜ਼ੀਨ ਨਹੀਂ ਛਾਪਦਾ ਉਹ ਛਪਦੀਆਂ ਨੇ, ਔਰ ਜੋ ਹੁਣ 95% ਉੱਚੇ ਉੱਤੇ ਨੰਬਰ ਆਏ 12ਵੀਂ ਦੇ, ਅਸੀਂ ਉਹ ਸਾਰੇ ਬੱਚਿਆਂ ਦੀਆਂ ਫੋਟੋਆਂ ਛਾਪੀਆਂ ਨੇ, ਔਰ ਸਾਨੂੰ ਆਪਣੇ ਅਖਬਾਰ ਦੇ 2 ਅੰਕਾਂ ਚ ਫੋਟੋਆਂ ਛਾਪੀਆਂ ਨੇ। ਇੱਦਾਂ ਮਤਲਬ ਕਿ ਉਹ ਪ੍ਰਚਾਰ ਸਾਡੇ ਸਾਥੀ ਅਧਿਆਪਕ ਕਰ ਰਹੇ ਨੇ, ਤੇ ਸਾਨੂੰ ਇਹ ਹੌਸਲਾ ਮਿਲਦਾ ਵੇ, ਸਾਨੂੰ ਸਾਡੀ ਕਮੀਆਂ ਵੀ ਦੱਸਦੇ ਨੇ, ਅਸੀਂ ਬਾਣੀ ਵੀ ਜੋ ਨਿੰਦਾ ਦਿਆ ਉਹ ਸਾਨੂੰ ਜ਼ਿਆਦਾ ਪਿਆਰਾ ਹੈ ਕਿ ਅਸੀਂ ਹੋਰ ਚੰਗਾ ਕੰਮ ਕਰ ਸਕਦੇ ਹਾਂ। ਤੀਜੀ ਗੱਲ ਹੈ ਕਿ ਸਾਨੂੰ ਕੋਈ ਮਾਇਕ ਸਹਾਇਤਾ, ਅਸੀਂ ਕੋਸ਼ਿਸ਼ ਕਰਨੇ ਆ ਕਿ ਅਸੀਂ ਸਾਰੇ ਹੀ ਕੰਮ ਕਰਨ ਵਾਲੇ ਬੰਦੇ ਆ, ਤੇ ਆਪਣੀ ਕਿਰਤ ਨੂੰ ਇਸ ਕੰਮ ਵਾਸਤੇ ਵਰਤੀਏ। ਸੰਸਥਾਵਾਂ ਦੇ ਰੂਪ ਵਿੱਚ ਪੰਜਾਬੀ ਸਾਹਿਤ ਸਭਾ, ਉਹ ਸਾਡੀ ਬੜੀ ਹੌਸਲਾ ਅਫਜ਼ਾਈ ਕਰਦੇ ਨੇ, ਜਦੋਂ ਕਦੀ ਲੋੜ ਪਈ ਹੈ ਉਹਨਾਂ ਨੇ ਸਾਨੂੰ ਸਨਮਾਨਿਤ ਵੀ ਕੀਤਾ ਸੀ, ਜੋ ਸਾਡੀ CD ਬਣੀ ਸੀ ਉਹਨਾਂ ਨੇ ਸਾਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਸੀ। ਪੰਜਾਬੀ ਪ੍ਰਚਾਰਨੀ ਸਭਾ, ਉਹ ਵੀ ਸਾਡੀ ਜਿਹੜੀ ਹੈ ਮਦਦ ਕਰਦੀ ਹੈ, ਔਰ ਕਈ ਵਾਰ ਅਸੀਂ ਇਕੱਠੇ ਵੀ ਕੰਮ ਕਰਦੇ ਹਾਂ, ਕਿਸੇ ਪਲੇਟਫਾਰਮ ਤੇ ਇਕੱਠੇ ਵੀ ਕੰਮ ਕਰਨੇ ਆ। ਤੇ ਪੁਸ਼ਪਿੰਦਰ ਜੀ ਦੇ ਟਾਈਮ ਤੇ ਯੂਨੀਵਰਸਿਟੀ ਵਿੱਚ ਜੋ ਇੱਕ ਕੰਮ ਹੋਇਆ ਉਹ ਮੈਂ ਜ਼ਿਕਰ ਕਰਨਾ ਚਾਹਾਂਗੀ ਅਖੀਰ ਤੇ, ਕਿ ਦਿੱਲੀ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਪੰਜਾਬੀ ਵਿੱਚ ਵਸੇ ਕਾਉਂਸਲਿੰਗ ਹੋਈ ਸੀ, ਔਰ ਖਾਲਸਾ ਪ੍ਰਿੰਸੀਪਲ ਨੇ ਉੱਥੇ ਬੈਠੇ ਬੈਠੇ ਹੀ ਬੱਚੇ ਨੂੰ ਪੰਜਾਬੀ ਆਨਰਸ ਐਡਮਿਸ਼ਨ ਦੇ ਦਿੱਤੀ ਸੀ। ਦਿੱਲੀ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਪਹਿਲਾ ਕੰਮ ਹੋਇਆ ਸੀ ਜੋ ਪੰਜਾਬੀ ਹੈਲਪਲਾਈਨ ਨੂੰ ਸਨਮਾਨ ਕੀਤਾ ਸਰਦਾਰ ਪੁਸ਼ਪਿੰਦਰ ਸਿੰਘ ਜੀ ਨੇ, ਕਿ ਪੰਜਾਬੀ ਹੈਲਪਲਾਈਨ ਨੂੰ ਅੱਗੇ ਕੀਤਾ, ਉਹਨਾਂ ਨੇ ਆਪਣੇ ਆਪ ਨੂੰ ਅੱਗੇ ਕੀਤਾ, ਉਹ ਕਹਿੰਦੇ ਨੇ ਪੰਜਾਬੀ ਹੈਲਪਲਾਈਨ ਨੂੰ ਬੇਨੀ। ਜਸਵਿੰਦਰ ਕੌਰ ਜੀ ਦੇ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਪੰਜਾਬੀ ਔਰ ਪੰਜਾਬੀਅਤ ਨੂੰ ਜਿਹੜਾ ਹੈ ਅੱਜ ਇੱਕ ਬੂਟਾ ਜਿਹੜਾ ਕਈ ਸਾਲ ਪਹਿਲੇ ਹੋਇਆ ਸੀਗਾ, ਅੱਜ ਉਹਦੇ ਫਲ ਫੁੱਲ ਜਿਹੜੇ ਨੇ ਉਹ ਲੋਕਾਂ ਤੱਕ ਪਹੁੰਚ ਰਹੇ ਨੇ, ਉਹ ਖੁਸ਼ਬੂ ਜਿਹੜੀ ਲੋਕਾਂ ਤੱਕ ਪਹੁੰਚ ਰਹੀ ਹੈ। ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ, ਸਿੱਖੀ ਚੈਨਲ ਅਤੇ ਸਿੱਖੀ ਚੈਨਲ ਅਤੇ ਚੜ੍ਹਦੀ ਕਲਾ ਟਾਈਮ TV ਜਿਹੜਾ ਹੈ ਉਹ ਪੰਜਾਬੀ ਤੋਂ ਹਮੇਸ਼ਾ ਵਧਾਵਾ ਦਿੰਦਾ ਆਇਆ ਹੈ, ਔਰ ਉਹਦੇ ਵਿੱਚ ਇੱਕ ਗੱਲ ਜਿਹੜੀ ਹੈ ਅੱਜ ਮੈਂ ਸਾਰੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗਾ, ਪੰਜਾਬੀ ਔਰ ਪੰਜਾਬੀਅਤ ਔਰ ਮਾਂ ਬੋਲੀ ਨੂੰ ਸਾਂਭ ਕੇ ਰੱਖੀਏ, ਔਰ ਇਸ ਦੇ ਵਿੱਚ ਜਿਹੜਾ ਵੀ ਕੋਈ ਕੰਮ ਕਰ ਰਿਹਾ ਹੋਵੇ, ਚੰਗਾ ਕੰਮ ਕਰ ਰਿਹਾ ਹੋਵੇ, ਉਹ ਇਸ ਪਲੇਟਫਾਰਮ ਤੇ ਆਉਣ ਵਾਸਤੇ ਹਮੇਸ਼ਾ ਲਈ ਉਹਦਾ ਨਿੱਘਾ ਸਵਾਗਤ ਹੈ। ਅਸੀਂ ਜਸਵਿੰਦਰ ਕੌਰ ਜੀ ਦਾ ਧੰਨਵਾਦ ਕਰਦੇ ਹਾਂ, ਫਤਿਹ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।